काफ़ी इनफॉर्मेटिव वीडियो लेके आए हैं कैनेडा स्टूडेंट वीज़ा ते और कैनेडा विजिटर वीज़ा ते। दिवाली तो बाद किवें दा ट्रेंड चल रहा, होलीडेज तो बाद किवें दा ट्रेंड चल रहा, किन्ना क वीज़ा आ रहा, किस कैटागरी का सा, इस उत्ते आपां इह वीडियो तुहाडे नाल शेयर करांगे। तां जो साढ़े पासपोर्ट्स आए आ बहुत ही यूनीक और कह दिए टफेस्ट फाइल्स दे जो असी अप्रूव कराने तां वीज़ा गुरु स्टडी अब्रॉड दा इस टाइम नाम मार्केट दे विच टफ और वीक फाइल्स नू अप्रूव कराने दे विच जाणिया जा रहा। तां बहुत बहुत धन्नवाद तुहाडा भी, बहुत ज़्यादा तुसीं सपोर्ट कीती आ वीज़ा गुरु स्टडी अब्रॉड नू, और मैं आस करदा कि इदां ही तुहाडा प्यार सानू मिलदा रहूगा। सो फ्रेंड्स, ਤੁਹਾਡੇ ਨਾਲ ਆਪਾਂ ਇਹ ਵੀ ਸ਼ੇਅਰ ਕਰਾਂਗੇ ਕਿ ਮੈਡੀਕਲ ਤੋਂ ਬਾਅਦ ਕਿੰਨਾ ਟਾਈਮ ਲੱਗ ਰਿਹਾ ਵੀਜ਼ਾ ਦੇ ਵਿੱਚ, ਔਰ ਬਾਇਓਮੈਟ੍ਰਿਕ ਤੋਂ ਬਾਅਦ ਕਿੰਨਾ ਟਾਈਮ ਲੱਗ ਰਿਹਾ। ਤਾਂ ਟਾਈਮਲਾਈਨ ਔਰ ਵੀਜ਼ਾ ਟ੍ਰੈਂਡ 'ਤੇ ਇਹ ਵੀਡੀਓ ਆ ਬੇਸਿਕਲੀ। ਤਾਂ ਫਰੈਂਡਸ, ਇਸ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ, ਔਰ ਅਗਰ ਤੁਸੀਂ ਇੰਸਟਾਗ੍ਰਾਮ 'ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਅਕਾਊਂਟ ਨੂੰ, ਅਗਰ ਤੁਸੀਂ ਯੂਟਿਊਬ 'ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਸੋ ਫਰੈਂਡਸ, ਕਮ ਟੂ ਦੀ ਪੁਆਇੰਟ। ਸਭ ਤੋਂ ਪਹਿਲਾਂ ਜੋ ਵੀਜ਼ਾਸ ਆ ਰਹੇ ਆ ਆਪਾਂ ਉਹਨਾਂ 'ਤੇ ਗੱਲ ਕਰਦੇ ਹਾਂ, ਦੈਨ ਆਪਾਂ ਟਾਈਮਲਾਈਨ ਔਰ ਮੈਡੀਕਲ ਔਰ ਬਾਇਓਮੈਟ੍ਰਿਕ 'ਤੇ ਕਰਾਂਗੇ। ਤਾਂ ਫਰੈਂਡਸ, ਸਭ ਤੋਂ ਪਹਿਲਾ ਵੀਜ਼ਾ ਹੈਗਾ ਰੋਹਿਤ ਜੀ ਦਾ। ਸੋ ਇਹਨਾਂ ਦਾ ਕਾਫੀ ਟਾਈਮ ਰਿਫਿਊਜ਼ ਸੀਗਾ ਔਰ ਬਹੁਤ ਵੀਕ ਫਾਈਲ ਸੀ। ਤਾਂ ਇਹਨਾਂ ਦਾ ਵੀਜ਼ਾ ਆਇਆ, 2 ਸਾਲ ਦਾ ਅਪਰੂਵ ਹੋਇਆ ਰੋਹਿਤ ਜੀ ਦਾ ਵੀਜ਼ਾ। ਉਸ ਤੋਂ ਬਾਅਦ ਪ੍ਰਦੀਪ ਕੌਰ ਦੀ ਫਾਈਲ ਆ, ਤਾਂ ਇਹਨਾਂ ਦਾ ਵੀ ਵੀਜ਼ਾ ਲੱਗਿਆ ਆਫਟਰ ਵੀਜ਼ਾ ਪੇਮੈਂਟ ਦੇ ਵਿੱਚ। 10th ਇਹਨਾਂ ਨੇ ਕੀਤੀ ਹੋਈ ਸੀਗੀ 73%, 14 ਦੇ ਵਿੱਚ ਪਲੱਸ 2, 16 ਦੇ ਵਿੱਚ 72%, BSc ਇਹਨਾਂ ਦੀ ਫੈਸ਼ਨ ਡਿਜ਼ਾਇਨਿੰਗ ਦੇ ਵਿੱਚ ਸੀ, 19 ਦੇ ਵਿੱਚ ਪਾਸ ਆਊਟ ਆ। ਫਰੈਂਡਸ, 4 ਸਾਲ ਦਾ ਗੈਪ ਔਰ 2 ਰਿਫਿਊਜ਼ਲ ਤੋਂ ਬਾਅਦ ਪ੍ਰਦੀਪ ਦਾ ਵੀਜ਼ਾ ਆਇਆ, ਤਾਂ ਬਹੁਤ ਵੱਡੀ ਗੱਲ ਆ। ਉਸ ਤੋਂ ਬਾਅਦ ਨੈਕਸਟ ਵੀਜ਼ੇ ਦੀ ਆਪਾਂ ਗੱਲ ਕਰਾਂਗੇ, ਪ੍ਰਿੰਸ ਪਾਲ ਜੀ। ਪ੍ਰਿੰਸ ਪਾਲ ਜੀ ਦਾ 13 ਦੇ ਵਿੱਚ ਇਹਨਾਂ ਨੇ 10th ਕੀਤੀ ਸੀ ਪਲੱਸ 2, 15 ਦੇ ਵਿੱਚ 73% ਦੇ ਨਾਲ ਕਮਰਸ ਦੇ ਵਿੱਚ, BCOM ਕੀਤੀ ਸਿਰਫ 52% ਨਾਲ, 52% ਨਾਲ। ਤਾਂ 17 ਬੈਕਲੋਗ, ਦੇਖੋ ਕਿੰਨੀ ਵੱਡੀ ਗੱਲ ਆ ਕਿ 17 ਬੈਕਲੋਗ ਤੋਂ ਬਾਅਦ ਵੀਜ਼ਾ ਆਉਣਾ। ਬਹੁਤ ਜੋ ਏਜੰਟਸ ਆ ਉਹਨਾਂ ਨੇ ਮਨਾ ਵੀ ਕੀਤਾ ਕਿ ਅਸੀਂ ਇਹ ਵੀਜ਼ਾ ਤੁਹਾਡਾ ਨਹੀਂ ਅਪਰੂਵ ਕਰਵਾ ਸਕਦੇ ਕਿਉਂਕਿ ਬੈਕਲੋਗ ਬਹੁਤ ਸੀ, ਬਟ ਵੀਜ਼ਾ ਗੁਰੂ ਸਟੱਡੀ ਬਰਾਉਣ ਨੇ ਵੀਜ਼ਾ ਅਪਰੂਵ ਕਰਾਇਆ, 1 ਰਿਫਿਊਜ਼ਲ ਸੀ ਇਹਨਾਂ ਦੀ। ਸੋ ਪ੍ਰਿੰਸ ਪਾਲ ਜੀ, ਬਹੁਤ ਬਹੁਤ ਵਧਾਈਆਂ, ਕੰਗ੍ਰੈਚੁਲੇਸ਼ਨਸ ਬ੍ਰੋ। ਉਸ ਤੋਂ ਬਾਅਦ ਨੈਕਸਟ ਫਾਈਲ ਆ ਜੀ ਲਾਡੀ ਸਿੰਘ ਦੀ। ਲਾਡੀ ਸਿੰਘ ਦੀ ਫਾਈਲ ਆ ਔਰ ਇਹ 10th 17 ਦੇ ਵਿੱਚ ਆ, ਪਲੱਸ 2 ਇਹਨਾਂ ਨੇ 19 ਦੇ ਵਿੱਚ ਕੀਤੀ, 4 ਸਾਲ ਦਾ ਗੈਪ, 3 ਰਿਫਿਊਜ਼ਲ ਤੋਂ ਬਾਅਦ ਵੀਜ਼ਾ, 3 ਰਿਫਿਊਜ਼ਲ ਤੋਂ ਬਾਅਦ। ਸੋ ਇਹਨਾਂ ਦੇ 7 ਬੈਂਡ ਸੀ, ਰਾਈਟਿੰਗ ਦੇ ਵਿੱਚੋਂ 5.5 ਬੈਂਡ ਸੀ। ਤਾਂ ਬਹੁਤ ਬਹੁਤ ਵਧਾਈਆਂ ਲਾਡੀ ਜੀ, ਤੁਹਾਨੂੰ ਤੁਹਾਡਾ ਵੀਜ਼ਾ ਅਪਰੂਵ ਹੋਇਆ ਵੀਜ਼ਾ ਗੁਰੂ ਸਟੱਡੀ ਅਬਰੋਡ ਦੇ ਕੋਲੋਂ। ਤਾਂ ਉਸ ਤੋਂ ਬਾਅਦ ਨੈਕਸਟ ਫਾਈਲ ਆ ਜੀ ਪਰਮਿੰਦਰ ਕੌਰ। ਸੋ ਪਰਮਿੰਦਰ ਕੌਰ ਪਾਸਪੋਰਟ ਬਹੁਤ ਜ਼ਿਆਦਾ ਮੇਰੇ ਕੋਲ ਇਸ ਟਾਈਮ, ਸੋ ਫਾਈਂਡ ਆਊਟ ਕਰਨ ਦੇ ਵਿੱਚ ਹੀ ਟਾਈਮ ਲੱਗ ਰਿਹਾ। ਤਾਂ ਪਰਮਿੰਦਰ ਕੌਰ ਜੀ ਦਾ ਵੀਜ਼ਾ ਅਪਰੂਵ ਹੋਇਆ। ਇਹਨਾਂ ਦੀ ਵੀ ਕਾਫੀ ਕੰਪਲੀਕੇਟਡ ਪ੍ਰੋਫਾਈਲ ਸੀ, ਵਿਜ਼ਟਰ ਵੀਜ਼ਾ ਸੀਗਾ ਇਹ, ਜਿਵੇਂ ਪੇਰੈਂਟਸ ਜਾਂਦੇ ਆ, ਇਹਨਾਂ ਦੇ ਅਸੀਂ ਜੋ ਇਹਨਾਂ ਦੇ ਡਾਟਰ ਸੀ ਉਹ ਸਾਡੇ ਤੋਂ ਅਪਰੂਵ ਹੋਏ, 3-4 ਵਾਰੀ ਉਹਨਾਂ ਦਾ ਰਿਫਿਊਜ਼ ਸੀਗਾ। ਤਾਂ ਇਹਨਾਂ ਦਾ ਫਸਟ ਅਟੈਂਪਟ 'ਚ ਹੀ ਮਦਰ ਦਾ ਵੀਜ਼ਾ ਆਇਆ, ਜਿਨ੍ਹਾਂ ਦਾ ਨਾਂ ਜੀ ਪਰਮਿੰਦਰ ਕੌਰ। ਉਸ ਤੋਂ ਬਾਅਦ ਕਾਫੀ ਜ਼ਿਆਦਾ ਫਾਈਲਸ ਆ, ਅਗਰ ਮੈਂ ਕਹਾਂ ਤਾਂ ਲਾਡੀ ਸਿੰਘ ਜੀ ਆ, ਸਾਮਨਪ੍ਰੀਤ ਕੌਰ ਆ, ਨਵਜੋਤ ਕੌਰ ਆ, ਠੀਕ ਹੈ। ਇਹ ਕਾਫੀ, ਅਗਰ ਆਪਾਂ ਇਹਨਾਂ 'ਤੇ ਵੀਡੀਓ ਬਣਾਉਣ ਲੱਗੀਏ ਤਾਂ 15-20 ਮਿੰਟ ਵੈਸੇ ਹੀ ਆਪਣੇ ਲੱਗ ਜਾਣੇ, ਤਾਂ ਮੈਂ ਚਾਹੁੰਦਾ ਨਹੀਂ ਕਿ ਇੰਨਾ ਟਾਈਮ ਤੁਹਾਡਾ ਵੀ ਵੇਸਟ ਹੋਵੇ, ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਆ ਅੱਜ ਦਾ ਟ੍ਰੈਂਡ ਦੱਸਣਾ ਬਾਇਓਮੈਟ੍ਰਿਕ ਔਰ ਮੈਡੀਕਲ ਤੋਂ ਬਾਅਦ ਕਿੰਨਾ ਟਾਈਮ ਲੱਗ ਰਿਹਾ। ਤਾਂ ਇਹ ਵੀਜ਼ਾ ਹੈਗਾ ਜੀ ਗੁਰਪ੍ਰੀਤ ਸਿੰਘ ਦਾ, ਵਿਜ਼ਟਰ ਵੀਜ਼ਾ ਲੱਗਿਆ, ਜੋ ਕਿ ਇਹ ਮੇਰਾ ਵੀਜ਼ਾ ਖੁਦ ਦਾ। ਸੋ ਫਸਟ ਟਾਈਮ 'ਚ ਵੀਜ਼ਾ ਲਿਆ ਵਿਦ ਗ੍ਰੇਸ ਆਫ ਗੋਡ, ਤੁਹਾਡੀਆਂ ਦੁਆਵਾਂ ਕਰਕੇ ਇਹ ਅੱਜ ਵੀਜ਼ਾ ਆਇਆ ਮੇਰਾ ਕੈਨੇਡਾ ਦਾ। ਤਾਂ ਆਪਾਂ ਕੈਨੇਡਾ ਦੇ ਵਿੱਚ ਬਹੁਤ ਜਲਦੀ ਵੀਡੀਓ ਬਣਾਵਾਂਗੇ, ਜਿੱਥੇ ਤੁਹਾਨੂੰ ਦੱਸਾਂਗੇ ਉੱਥੋਂ ਦੇ ਕੀ ਐਡਵਾਂਟੇਜ ਔਰ ਡਿਸਐਡਵਾਂਟੇਜ ਆ। ਤਾਂ ਇਹ ਮੇਰਾ ਵੀਜ਼ਾ ਅਪਰੂਵ ਹੋਇਆ। ਸੋ ਫਰੈਂਡਸ, ਕਮ ਟੂ ਦੀ ਪੁਆਇੰਟ, ਹੁਣ ਆਪਾਂ ਗੱਲ ਕਰਦੇ ਮੈਡੀਕਲ ਦੀ। ਅਗਰ ਆਪਾਂ ਟੂਰਿਸਟ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਤਾਂ ਵਿਦਇਨ 40 ਡੇਜ਼, 35-40 ਦਿਨ ਦੇ ਵਿੱਚ ਵੀਜ਼ਾ ਆ ਰਿਹਾ। ਮੈਡੀਕਲ 3-4 ਦਿਨ ਦੇ ਵਿੱਚ ਕਲੀਅਰ ਹੋ ਰਿਹਾ ਵਿਜ਼ਟਰ ਵੀਜ਼ਾ ਵਾਲਿਆਂ ਦਾ,
ਜੋ ਅਗਰ ਆਪਾਂ ਗੱਲ ਕਰੀਏ ਜਿਨ੍ਹਾਂ ਦੇ ਕੋਈ ਮੈਡੀਕਲ ਡਿਮਾਂਡ ਕਰ ਲੈਂਦੇ ਆ ਤਾਂ ਉਹ ਵੈਸੇ ਅਦਰਵਾਈਜ਼ ਵਿਜ਼ਟਰ ਵੀਜ਼ਾ ਦੇ ਵਿੱਚ ਮੈਡੀਕਲ ਦੀ ਬਿਲਕੁਲ ਲੋੜ ਨਹੀਂ ਗੀ ਅਗਰ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ। ਬਹੁਤ ਕੇਸਾਂ ਦੇ ਵਿੱਚ ਹੋ ਰਿਹਾ ਕਿ ਮੈਡੀਕਲ ਆ ਰਿਹਾ, ਡਿਮਾਂਡ ਕਰ ਰਹੇ ਆ ਉਹ, ਤਾਂ ਅਗਰ ਮੈਡੀਕਲ ਤੁਹਾਡੇ ਡਿਮਾਂਡ ਕਰਦੇ 3-4 ਦਿਨ ਵਿੱਚ ਕਲੀਅਰ ਹੋ ਕੇ ਨਾਲ ਦੀ ਨਾਲ ਤੁਹਾਨੂੰ ਵੀਜ਼ਾ ਦੇ ਦਿੱਤਾ ਜਾਂਦਾ। ਸਟੂਡੈਂਟ ਵੀਜ਼ਾ ਦੇ ਵਿੱਚ ਆਫਟਰ ਬਾਇਓਮੈਟ੍ਰਿਕ ਵਿਦਿਨ 24 ਆਵਰ 24 ਘੰਟੇ ਦੇ ਵਿੱਚ ਬਾਇਓਮੈਟ੍ਰਿਕ ਕਲੀਅਰ ਹੋ ਜਾਂਦਾ। ਉਸ ਤੋਂ ਬਾਅਦ ਮੈਡੀਕਲ ਤੁਹਾਡਾ ਵਿਦਿਨ ਵੀਕ, 1 ਵੀਕ ਦੇ ਅੰਦਰ ਮੈਡੀਕਲ ਪਾਸ ਹੋ ਰਹੇ ਆ। ਤਾਂ ਜਿਵੇਂ ਇੱਕ ਸਟਾਫ ਬਹੁਤ ਘੱਟ ਕਰ ਦਿੱਤਾ ਗਿਆ ਸੀ ਤਾਂ ਬਹੁਤ ਕੁਐਰੀ ਸੀਗੀ ਸਟੂਡੈਂਟਸ ਦੀ, ਵਿਜ਼ਟਰ ਵੀਜ਼ਾ ਵਾਲਿਆਂ ਦੀ, ਕਿ ਸਰ ਹੁਣ ਕੀ ਕੀਤਾ, ਹੁਣ ਕੀ ਹੋਊਗਾ, ਕਿ ਕਿਤੇ ਸਲੋ ਤਾਂ ਨਹੀਂ ਹੋ ਜੂਗੀ ਸਪੀਡ। ਪਰ ਵਿਦ ਗ੍ਰੇਸ ਆਫ ਗੋਡ ਕੋਈ ਸਪੀਡ ਸਲੋ ਨਹੀਂ ਹੋਈ, ਕਿਉਂਕਿ 3-4 CPC ਸੈਂਟਰਾਂ ਤੋਂ ਵੀਜ਼ੇ ਆ ਰਹੇ ਆ, ਜਿਵੇਂ ਕਿ ਹੁਣ ਓਟਵਾ ਤੋਂ ਵੀ ਆਉਣ ਲੱਗ ਗਿਆ ਕੈਨੇਡਾ ਦੇ ਵਿੱਚ, ਜੋ ਐਡਮੰਟਨ ਤੋਂ ਵੀਜ਼ਾ ਅਪਰੂਵ ਹੋਣ ਲੱਗ ਗਿਆ, ਮਤਲਬ 3-4 CPC ਸੈਂਟਰ ਆ। ਸਪਾਊਸ ਵੀਜ਼ਾ ਦੇ ਵਿੱਚ ਜ਼ਰੂਰ ਲੱਗ ਰਹੇ ਆ 45 ਤੋਂ 50 ਦਿਨ, ਬਟ ਵਿਜ਼ਟਰ ਵੀਜ਼ਾ ਬਿਲਕੁਲ ਸਲੋ ਨਹੀਂ ਹੋਇਆ ਔਰ ਸਟੂਡੈਂਟ ਵੀਜ਼ਾ ਵੀ ਸਲੋ ਨਹੀਂ ਹੋਇਆ। ਤਾਂ ਅੱਜ ਹੀ ਅਪਲਾਈ ਕਰੋ ਅਗਰ ਤੁਸੀਂ ਆਪਣਾ ਫਿਊਚਰ ਕੈਨੇਡਾ ਦੇ ਵਿੱਚ ਦੇਖ ਰਹੇ ਹੋ। ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਵੀ ਅਸੀਂ ਕਰ ਰਹੇ ਹਾਂ, ਆਸਟ੍ਰੇਲੀਆ ਵਿਜ਼ਟਰ ਵੀਜ਼ਾ ਦੇ ਰਿਹਾ, ਤਾਂ ਬਹੁਤ ਹੀ ਵਧੀਆ ਮੌਕਾ ਇਸ ਟਾਈਮ ਨਵੇਂ ਸਾਲ 'ਤੇ ਵੀਜ਼ਾ ਅਪਲਾਈ ਕਰਨ ਦਾ। ਕੋਈ ਐਡਵਾਂਸ ਤੁਸੀਂ ਪੇਮੈਂਟ ਨਹੀਂ ਕਰਨੀ ਸਾਨੂੰ। ਤਾਂ ਅਗਰ ਤੁਹਾਡਾ ਵੀਜ਼ਾ ਸਟੂਡੈਂਟ ਰਿਫਿਊਜ਼ ਹੋ ਚੁੱਕਿਆ ਜਾਂ ਵਿਜ਼ਟਰ ਕੈਨੇਡਾ ਜਾਂ ਆਸਟ੍ਰੇਲੀਆ ਦਾ ਰਿਫਿਊਜ਼ ਹੋ ਚੁੱਕਿਆ, ਤਾਂ ਸਾਡੀ ਪ੍ਰੋਫਾਈਲ ਇੰਸਟਾਗ੍ਰਾਮ ਵੀਜ਼ਾ ਗੁਰੂ ਗੁਰਪ੍ਰੀਤ ਔਰ ਵੀਜ਼ਾ ਗੁਰੂ ਗੁਰਪ੍ਰੀਤ ਨੰਬਰ 1 ਔਰ ਤੀਜੀ ਇੰਸਟਾਗ੍ਰਾਮ ਪ੍ਰੋਫਾਈਲ ਆ ਕੈਨੇਡਾ ਅਪਡੇਟਸ, ਇਹ ਤਿੰਨੇ ਪ੍ਰੋਫਾਈਲਾਂ ਦੇਖੋ, ਤੁਹਾਨੂੰ ਪਤਾ ਲੱਗੂਗਾ ਕਿ ਵੀਜ਼ਾ ਗੁਰੂ ਸਟੱਡੀ ਅਬਰੋਡ ਕੀ ਆ ਔਰ ਕਿਵੇਂ ਦੇ ਸਾਡੇ ਰਿਜ਼ਲਟਸ ਆ। ਤਾਂ ਅਸੀਂ ਇਹ ਮੰਨਦੇ ਹਾਂ ਕਿ ਅਸੀਂ ਡਿਫਰੈਂਟ ਆ ਅਦਰਸ ਨਾਲੋਂ, ਦੂਜੇ ਏਜੰਟਸ ਨਾਲੋਂ। ਕਿਉਂ ਡਿਫਰੈਂਟ ਆ? ਕਿਉਂਕਿ ਇੱਕ ਸ਼ੌਂਕ ਆ ਕੰਮ ਕਰਨ ਦਾ, ਇੱਕ ਡੈਡੀਕੇਟਡ ਟੀਮ ਆ, ਤਾਂ ਕਰਕੇ ਸ਼ਾਇਦ ਅਨਬਲੀਵੇਬਲ ਰਿਜ਼ਲਟਸ ਜਿਹੜੇ ਵੀਜ਼ਾ ਗੁਰੂ ਸਟੱਡੀ ਅਬਰੋਡ ਦੇ ਆ ਰਹੇ ਆ। ਤਾਂ ਫਰੈਂਡਸ, ਬਹੁਤ ਬਹੁਤ ਧੰਨਵਾਦ ਇਹਨਾਂ ਟਾਈਮ ਦੇਣ ਦੇ ਲਈ। ਕਿਸੇ ਤਰ੍ਹਾਂ ਦੀ ਵੀ ਕੁਐਰੀ ਚਾਹੀਦੀ ਹੈ, ਨੀਚੇ ਨੰਬਰ ਫਲੈਸ਼ ਕਰ ਰਿਹਾ, ਤੁਸੀਂ ਐਨੀ ਟਾਈਮ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਫਰੈਂਡਸ, ਥੈਂਕ ਸੋ ਮੱਚ।